ਮਸਲਾ ਜੀ ਇਹ ਜਿਹੜੀ ਦੂਸਰੀ ਧਿਰ ਆ ਜੀ, ਇਹ ਮਤਲਬ ਸ਼ਰਾਰਤੀ ਲੋਕ ਨੇ ਅਕਸਰ ਲੋਕਾਂ ਦੇ ਨਾਲ ਇਹ ਜਿਹੜਾ ਲੜਾਈ ਝਗੜਾ ਕਰਦੇ ਰਹਿੰਦੇ ਨੇ। ਅਤੇ ਕੱਲ੍ਹ ਵੀ ਇਹਨਾਂ ਨੇ ਮਤਲਬ ਫੋਨ ਦੇ ਉੱਤੇ ਮਤਲਬ ਕੁਝ ਸਾਡੇ ਪਿੰਡ ਦੇ ਮੁੰਡਿਆਂ ਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਵੀ ਐਂ ਕਰ ਦਿਆਂਗੇ, ਜੂੰ ਕਰ ਦਿਆਂਗੇ, ਠੀਕ ਆ ਜੀ। ਉਹਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਦੋਵੇਂ ਪਾਸੇ ਮੁੰਡੇ ਇਕੱਠੇ ਹੋਏ ਆ, ਅਤੇ ਮੈਂ ਪਿੰਡ ਦਾ ਮੋਹਤਬਿਰ ਹੋਣ ਦੇ ਨਾਤੇ ਮੈਂ ਇਸੇ ਰਲ ਗਿਆ ਗੱਡੀ ਲੈ ਕੇ ਆਪਣੀ, ਮੈਂ ਕਿਤੋਂ ਆ ਰਿਹਾ ਸੀਗਾ ਡੇਰਾ ਬਾਬਾ ਨਾਨਕ ਤੋਂ, ਅਤੇ ਮੈਂ ਸਿੱਧੀ ਗੱਡੀ ਲੈ ਕੇ ਉਹਨਾਂ ਨਾਲ ਕਿਹਾ ਵੀ ਝਗੜੇ 'ਚ ਚਲੋ ਕੁਛ ਨਹੀਂ ਰੱਖਿਆ ਹੈ ਨਾ, ਮੈਂ ਸਮਝਾਉਂਦਾ ਇਹਨਾਂ ਨੂੰ। ਇਹਨਾਂ ਨੇ ਮੇਰੀ ਕੁਛ ਨਹੀਂ ਸੁਣੀ, ਇਹਨਾਂ ਨੇ ਮੇਰੀ ਗੱਡੀ ਹਾਂਡਾ ਸਿਟੀ ਸਾਰੀ ਵੱਢਤੀ ਇਹਨਾਂ ਨੇ, ਅਤੇ ਟੋਟਲ ਲੈਸ ਮਤਲਬ ਕਰਤੀ ਇੱਕ ਸਾਨੂੰ ਠਾਣੇ ਗੱਡੀ, ਐਸ ਐਚ ਓ ਸਾਹਿਬ ਇੱਥੇ ਆਏ ਨੇ, ਉਹਨਾਂ ਨੂੰ ਪੁੱਛ ਸਕਦੇ ਤੁਸੀਂ। ਅਸੀਂ ਇਹਨਾਂ ਨੂੰ ਮਤਲਬ ਜਦੋਂ ਇਹਨਾਂ ਨੇ ਮੁੜ ਕੇ ਪਿੱਛੋਂ ਬੰਦਿਆਂ ਨੇ ਆਣ ਕੇ ਮੇਰੀ ਇਹਨਾਂ ਨੇ ਮਤਲਬ ਜਾਨ ਬਚਾਈ, ਪਿੰਡ ਦੇ ਬੰਦੇ ਜੀ, ਪਿੰਡ ਦੇ ਬੰਦੇ ਨੇ ਜਿਹੜੇ ਮਤਲਬ ਸਾਡੇ ਚਲੋ ਦੂਸਰੀ ਧਿਰ ਮਤਲਬ ਇਕੱਠੀ ਹੋਈ ਸੀਗੀ, ਉਹਨਾਂ ਨੇ ਆਣ ਕੇ ਮੇਰੀ ਜਾਨ ਬਚਾਈ ਹੈ, ਮੈਨੂੰ ਉੱਥੋਂ ਕੱਢਿਆ ਇਹਨਾਂ ਨੇ। ਭਾਜੀ ਰੰਜਿਸ਼ ਹੋਏ ਕੋਈ ਤਾਂ ਕੋਈ ਦੱਸੀਏ ਨਾ, ਐਵੇਂ ਬਸ ਭਾਜੀ ਰੱਜ ਲੈਂਦੇ ਆ ਗੋਲੀਆਂ ਦੇ ਨਾਲ, ਇਹਨਾਂ ਦੀਆਂ ਸ਼ਕਲਾਂ ਸੂਰਤਾਂ ਵੇਖੋ, ਗੋਲੀਆਂ ਨਾਲ ਰੱਜ ਲੈਣਾ, ਰੱਜ ਕੇ ਜਿਹਨੂੰ ਜੀ ਕਰਦਾ ਧਮਕੀਆਂ ਦੇ ਦਿੰਦੇ ਆ, ਫਿਰ ਲੋਕ ਜਿਹੜੇ ਰੋਟੀ ਖਾਂਦੇ ਆ ਭਾਜੀ ਉਹ ਲੜਾਈ ਤੋਂ ਗਰੇਜ ਕਰਦੇ ਹੀ ਆ, ਗੁੰਡਾ ਟੈਪ ਵੀ ਜੀ ਬਿਲਕੁਲ। ਤੁਸੀਂ ਪਿੰਡ ਜਾ ਕੇ ਪਤਾ ਕਰ ਸਕਦੇ ਹੋ, ਇਹਨਾਂ ਬਾਰੇ ਵੀ ਪਤਾ ਕਰ ਸਕਦੇ ਹੋ, ਸਾਡੇ ਬਾਰੇ ਵੀ ਪਤਾ ਕਰ ਸਕਦੇ ਹੋ, ਪਿੰਡ 'ਚੋਂ ਨਹੀਂ ਇਲਾਕੇ 'ਚੋਂ ਪਤਾ ਕਰੋ ਸਾਡੇ ਬਾਰੇ। ਮੈਂ ਇਸ ਟਾਈਮ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹੈ ਜੀ, ਪਿੰਡ ਦੇ ਜੋ ਮਤਲਬ ਕੰਮ ਧੰਦੇ ਆ ਸਾਰੇ ਅਸੀਂ ਦੇਖ ਰਹੇ ਹਾਂ, ਲੋਕਾਂ ਦੇ ਜੋ ਫੰਕਸ਼ਨ ਉਹਨੇ ਕਰਵਾਈ ਦੇ। ਹਾਂਜੀ ਇਹ ਪਾਰਟੀ ਕੀ ਦੱਸਾਂ ਜੀ ਤੁਹਾਨੂੰ, ਮੈਂ ਦੱਸਿਆ ਬਾਰ ਬਾਰ ਇਹੋ ਗੱਲ ਦੱਸ ਰਿਹਾ ਵੀ ਸ਼ਰਾਰਤੀ ਅਨਸਰ ਨੇ, ਇਹਨਾਂ ਨੂੰ ਕੋਈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੋਈ ਕੰਮ ਨਹੀਂ ਮਸੇ ਨੇ। ਪਹਿਲਾਂ ਜਦੋਂ ਮੈਂ ਗਿਆ ਜੀ ਹਵਾਈ ਫਾਇਰ ਹੋਏ ਨੇ, ਠੀਕ ਹੈ ਜੀ, ਹਨੇਰਾ ਸੀਗਾ, ਅਗਲੇ ਪਾਸੇ ਇਹ ਮੇਰੇ ਖਿਆਲ 15 ਤੋਂ 20 ਬੰਦੇ ਦਾਤਰ ਲੈ ਕੇ ਖਲੋਤੇ ਸੀਗੇ, ਇਹਨਾਂ ਨੇ ਹਵਾਈ ਫਾਇਰ ਕੀਤੇ, 2 ਨੰਬਰ ਦੇ ਅਸਲੇ ਨਾਲ ਕੀਤੇ। ਬਿਲਕੁਲ ਮੈਂ ਰੋਕਿਆ ਵੀ ਨਹੀਂ ਲੜਨਾ ਨੀਗਾ, ਇਹਨਾਂ ਨੂੰ ਵੀ ਰੋਕਿਆ ਵਾ, ਇਹ ਮੁੰਡੇ ਨਹੀਂ ਗਏਗਾ। ਇਹ ਤਾਂ ਬਾਅਦ ਫਿਰ ਦੇਖੋ ਜਦੋਂ ਮੈਂ ਇਹਨਾਂ ਕਰਕੇ ਗਿਆ ਵੀ ਨਹੀਂ ਲੜਨਾ, ਜਦੋਂ ਮੈਨੂੰ ਉਹਨਾਂ ਨੇ ਮਾਰਨ ਤੱਕ ਗਏ ਆ, ਗੱਡੀ ਵੱਢਤੀ ਮੇਰੀ ਸਾਰੀ ਵਿੱਚ, ਮੈਨੂੰ ਇਹ ਨਾ ਜਾ ਕੇ ਕੱਢਦੇ ਤਾਂ ਮੇਰਾ ਕਤਲ ਕਰ ਦੇਣਾ ਇਹਨਾਂ। ਮੇਰਾ ਨਾਮ ਮਨਪ੍ਰੀਤ ਸਿੰਘ ਆ, ਪਿੰਡ ਡੇੜੀਵਾਲ ਕਿਰਨ ਅਤੇ ਜ਼ਿਲ੍ਹਾ ਗੁਰਦਾਸਪੁਰ ਆ, ਅਤੇ ਆਹ ਮੇਰੇ ਤਾਇਆ ਜੀ ਦਾ ਮੁੰਡਾ ਆ ਮੰਗਲ ਸਿੰਘ, ਸਨ ਆਫ ਬਲਵੰਤ ਸਿੰਘ, ਅਤੇ ਇਹ ਵੀ ਡੇੜੀਵਾਲ ਦੇ ਵਸਨੀਕ ਨੇ, ਅਤੇ ਇਹ ਬਾਕੀ ਸਾਰੇ ਆਪਣੇ ਇਹ ਬਹਾਦਰ ਸਿੰਘ, ਸਨ ਆਫ ਬਲਵੰਤ ਸਿੰਘ, ਇਹ ਮੇਰੇ ਤਾਇਆ ਜੀ ਦਾ ਮੁੰਡਾ ਹੈ। ਇਹਨਾਂ ਨਾਲ ਇੱਦਾਂ ਹੈ ਕਿ ਡੇੜੀਵਾਲ ਦੇ ਵਸਨੀਕ ਹੀ ਜਤਿੰਦਰ ਸਿੰਘ, ਸਨ ਆਫ ਹਰਜਿੰਦਰ, ਸਨ ਆਫ ਜਰਨੈਲ ਸਿੰਘ, ਜਤਿੰਦਰ ਸਿੰਘ ਸਨ ਆਫ ਜਰਨੈਲ ਸਿੰਘ, ਇਹਨਾਂ ਨੇ ਸ਼ਰੇਆਮ ਸਿੱਧੀਆਂ ਗੋਲੀਆਂ ਚਲਾਈਆਂ ਨੇ। ਉੱਥੇ ਵੀਡੀਓ ਵਗੈਰਾ ਸਾਡੇ ਕੋਲ ਹੈਗੀਆਂ ਨੇ ਭਾਜੀ, ਉਹ ਨਹੀਂ ਤੁਹਾਨੂੰ ਦਿਖਾ ਦੇਣਗੇ। ਇਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਨੇ, ਅਤੇ 3 ਬੱਚਿਆਂ ਦੇ ਫਾਦਰ ਨੇ, ਠੀਕ ਹੈ ਜੀ, ਅਤੇ ਉਹਨਾਂ ਨੂੰ ਉਹਨਾਂ ਨੇ ਸਿੱਧੀ ਗੁੰਡਾਗਰਦੀ ਕੀਤੀ ਸ਼ਰੇਆਮ, ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ। ਅਤੇ ਇੱਦਾਂ ਹੈ ਕਿ ਇਹਨਾਂ ਨੇ ਤਾਂ ਕੀਤੀ ਆ ਕਿ ਇਹਨਾਂ ਦਾ ਜ਼ੋਰ ਆ ਆਮ ਆਦਮੀ ਦੀ ਸ਼ਹਿ ਨਾਲ, ਸਿੱਧੀ ਇਹਨਾਂ ਨੇ ਕੀਤੀ ਗੁੰਡਾਗਰਦੀ, ਕਿਉਂਕਿ ਇਹ ਗਲਤ ਕੰਮ ਕਰਦੇ ਨੇ, ਜਵਾਨੀ ਨੂੰ ਭੜਕਾਉਂਦੇ ਨੇ, ਠੀਕ ਹੈ ਜੀ, ਨਸ਼ਿਆਂ 'ਤੇ ਇਹਨਾਂ ਚੀਜ਼ਾਂ ਤੋਂ ਅਸੀਂ ਡਾਕਨੇ ਹਾਂ, ਵੀਡੀਓ ਪਾਉਂਦੇ ਜੇ ਕੋਈ ਭਗਵੰਤ ਮਾਨ ਦੇ ਖਿਲਾਫ਼, ਮਤਲਬ ਕਿਸੇ ਦੇ ਖਿਲਾਫ਼ ਪਾ ਦਿੱਤੀ, ਅਤੇ ਇਹਨੇ ਕਹਿਣਾ ਵੀ ਡਿਲੀਟ ਕਰ ਕਿਉਂ ਪਾਈ, ਜੇ ਕਮੈਂਟ ਕਰਦਾ ਕਹਿੰਦਾ ਡਿਲੀਟ ਕਰ ਕਿਉਂ ਪਾਈ, ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੀ, ਤੁਸੀਂ ਦੇਖ ਸਕਦੇ ਹੋ। ਅਸੀਂ ਪੰਜਾਬ ਦੀ ਗੱਲ ਕਰਦਾ ਸੀ, ਮੈਂ ਵੀਡੀਓ ਪਾਉਂਦਾ ਸੀਗਾ ਸੋਸ਼ਲ ਮੀਡੀਆ 'ਤੇ, ਅਤੇ ਉਹ ਮੈਨੂੰ ਕਹਿੰਦਾ ਸੀ ਵਾਰ ਵਾਰ ਕਿ ਕੱਟ ਕਿਉਂ ਪਾਈ, ਸਾਡੇ ਅੱਡੇ 'ਚ ਚੱਲੀਆਂ ਗੋਲੀਆਂ ਨਰਾਂ ਵਾਲੀ, ਇੱਦਾਂ ਹੀ ਚੱਲੀਆਂ ਨਰਾਂ ਵਾਲੀ ਗੋਲੀਆਂ, ਪੜੋਤੀ ਮੰਗਦੇ ਸੀ ਉਹ, ਅਤੇ ਬਸ ਉਹ ਵੀਡੀਓ ਪਾਈ ਅਤੇ ਕਹਿੰਦਾ ਸੀ ਕੱਟ ਦੇ, ਅਤੇ ਹੁਣ ਇਹ ਇੱਦਾਂ ਵੀਡੀਓ ਤੋਂ ਗੱਲ ਵਧੀ ਹੈ, ਅਤੇ ਇਹਨਾਂ ਨੇ ਆ ਕੇ ਸ਼ਰੇਆਮ ਗੋਲੀਆਂ ਮਾਰੀਆਂ, ਸ਼ਾਇਦ ਅਸੀਂ ਰੋੜਾ ਹੋਈ ਇਹਨਾਂ ਦੇ ਪੈਰਾਂ ਦਾ ਕਿੱਦਾਂ ਕੁਛ ਵੀ, ਤੁਸੀਂ ਦੇਖ ਉਹ ਤਾਂ ਹੁਣ ਤੁਸੀਂ ਦੱਸੋਗੇ। ਕੋਈ ਰੰਜਿਸ਼ ਨਹੀਂ ਸੀਗੀ ਇਹਨਾਂ ਨੇ, ਬਸ ਇਹੀ ਗੱਲ ਚੁੱਭਦੀ ਕਿ ਇਹ ਵੀਡੀਓ ਪਾਉਂਦਾ ਜਾਂ ਕਿੱਦਾਂ। ਨਹੀਂ ਬਿਆਨ ਨਹੀਂ ਲਏ ਅਜੇ,
ਨਹੀਂ ਬਿਆਨ ਲਿਆ ਜੀ, ਕੋਈ ਸੁਣਵਾਈ ਨਹੀਂ ਹੋ ਰਹੀ। ਹਾਂਜੀ ਪਹੁੰਚੀ ਹੈ, ਪੁਲਿਸ ਪਹੁੰਚੀ, ਨਾਂ ਨੂੰ ਲਿਖੇ ਨੇ, ਪੂਰੇ ਨਹੀਂ ਲਿਖੇ ਵੀ, ਕਹਿੰਦੇ ਲਿਖਾਂਗੇ ਅਤੇ ਸੁਣਵਾਈ ਨਹੀਂ ਹੋ ਰਹੀ ਉਹ। ਮੁਹੰਮਦ, ਰਾਤ ਪਤਾ ਲੱਗਾ ਸਾਨੂੰ, ਸੂਚਨਾ ਮਿਲੀ ਸੀ ਵੀ ਪਿੰਡ ਡੇਰੀ ਵਾਲ ਕਿਰਨ ਦੋ ਪਾਰਟੀਆਂ ਝਗੜਾ ਆਇਆ, ਉੱਥੇ ਅਸੀਂ ਰਾਤ ਉੱਥੇ ਪਹੁੰਚੇ ਸੀ ਅਤੇ ਜਿੱਥੇ ਮੌਕੇ 'ਤੇ ਇੱਕ ਕਾਰ ਜਿਹੜੀ ਆ ਸਿਟੀ ਹੋਂਡਾ ਉਹ ਕਾਫੀ ਨੁਕਸਾਨੀ ਹੋਈ ਖੜ੍ਹੀ ਸੀ ਅਤੇ ਉਹਦਾ ਕਾਫੀ ਨੁਕਸਾਨ ਕੀਤਾ ਸੀ ਅਤੇ ਮੌਕੇ ਤੋਂ ਸਾਰੇ ਅਸੀਂ ਸੀਨ ਵੇਖਿਆ ਕ੍ਰਾਈਮ ਦਾ ਅਤੇ ਉਸ ਤੋਂ ਬਾਅਦ ਸਵੇਰੇ ਪਤਾ ਲੱਗਾ ਵੀ ਦੋਵੇਂ ਪਾਰਟੀਆਂ ਜਿਹੜੀਆਂ ਸਿਵਲ ਹੋਸਪਿਟਲ ਗੁਰਦਾਸਪੁਰ ਦਾਖਲ ਨੇ। ਫਿਰ ਉਹ ਫਿਰ ਮੈਂ ਗੁਰਦਾਸਪੁਰ ਆਇਆ, ਇੱਥੇ ਇੱਕ ਪਾਰਟੀ ਵੱਲੋਂ ਮੰਗਤ ਸਿੰਘ ਵਾਸੀ ਡੇਰੀ ਕਰਨ ਅਤੇ ਦੂਜੇ ਪਾਸੇ ਤੋਂ ਜਤਿੰਦਰ ਸਿੰਘ ਹੈਪੀ ਡੇਰੀ ਕਰਨ, ਦੋਵੇਂ ਦਾਖਲ ਨੇ ਅਤੇ ਡਾਕਟਰ ਸਾਹਿਬ ਨੂੰ ਮਿਲ ਕੇ ਇਹਦੇ ਨਾਲ ਮੈਡੀਕਲ ਜਿਹੜਾ ਕੱਟਿਆ ਐਮਰਾ ਕੱਟਿਆ ਉਹ ਲੈ ਕੇ ਅਤੇ ਜਿਹੜੀ ਕਾਰਵਾਈ ਬਣਦੀ ਆ ਉਹ ਆਪਾਂ ਕਰ ਰਹੇ ਹਾਂ ਜੀ। ਗੋਲੀ ਪਤਾ ਲੱਗਾ ਵੀ ਹਵਾਈ ਫਾਇਰ ਹੋਇਆ ਇੱਥੇ ਅਤੇ ਤਪਤੀਤ ਨਾਲ ਵੇਖਦੇ ਹਾਂ ਹੁਣ ਕਿੰਨੇ ਚਲਾਈ ਹੈ ਜੀ।